ਦੀਪ ਸਿੰਘ ਨੇ ਜੋਸ਼ ਭਰੀਆਂ ਤਕਰੀਰਾਂ ਕੀਤੀਆਂ। ਸੋਚਿਆ ਜੋ ਸਿੰਘਾਂ ਨੂੰ ਕਿ ਐਸਾ ਸਮਾਂ ਆ ਗਿਆ ਕਿ ਹੁਣ ਸਾਡਾ ਜੀਆਂ ਦਰਕਾਰ ਆ ਕਿ ਸਾਡੀਆਂ ਗੁਰੂ ਦੀ ਨਗਰੀ ਦੇ ਉੱਤੇ ਜਾਲਮਾਂ ਨੇ ਕਬਜ਼ਾ ਕਰ ਲਿਆ, ਸਾਡਾ ਪਵਿੱਤਰ ਤਾਲ ਵੀ ਪੂਰ ਦਿੱਤਾ ਗਿਆ ਹੈ। ਉਸ ਵੈਰੀ ਨੂੰ ਆਪਾਂ ਦੱਸ ਦਈਏ ਕਿ ਤੇਰਾ ਮੁਕਾਬਲਾ ਕਿਹਨਾਂ ਦੇ ਨਾਲ ਹੋਵੇ। ਗੁਰਮੁਖ ਜੋਸ਼ ਭਰੀਆਂ ਤਕਰੀਰਾਂ ਦੇਣ ਤੋਂ ਬਾਅਦ ਬਾਬਾ ਦੀਪ ਸਿੰਘ ਜੀ ਨੇ ਮਾਲਵੇ ਤੋਂ ਕੂਚ ਕੀਤਾ। ਕੂਚ ਕਰਕੇ ਬਾਬਾ ਦੀਪ ਸਿੰਘ ਦੇ ਨਾਲ ਜਿਵੇਂ ਜਿਵੇਂ ਇੱਥੋਂ ਕੂਚ ਕਰੀ ਜਾ ਰਹੇ ਆ ਤਾਂ ਰਸਤੇ ਦੇ ਵਿੱਚ ਵੀ ਸਿੱਖ ਰਲਦੇ ਜਾ ਰਹੇ ਆ। ਤਰਨ ਤਾਰਨ ਪਹੁੰਚੇ ਆ, ਤਰਨ ਤਾਰਨ ਜਦੋਂ ਪਹੁੰਚੇ ਆ ਤੇ ਫੌਜ ਦੇ ਵਿੱਚ ਹੋਰ ਵਾਧਾ ਹੋ ਗਿਆ ਹੈ ਆਪਣੇ ਸਿੰਘਾਂ ਦੀ। ਕੋਈ ਇਤਿਹਾਸਕਾਰ ਲੈਂਦਾ ਕਿ 10,000 ਦੇ ਕਰੀਬ ਹੋ ਗਈ ਹੈ, ਪਰ ਇੱਕ ਇਤਿਹਾਸਕਾਰ ਦੱਸਦਾ ਕਿ 6,000 ਸੀ। ਗੁਰਮੁਖੋ, ਬਾਬਾ ਦੀਪ ਸਿੰਘ ਜੀ ਦੇ ਨਾਲ ਜੋ ਵੀ ਸਿੰਘ ਸਨ ਉਹ ਸਿਰਫ ਤਾਂ ਸਿਰਫ ਸ਼ਹੀਦੀਆਂ ਪ੍ਰਾਪਤ ਕਰਨ ਲਈ ਆਏ ਸਨ ਕਿ ਉਹਨਾਂ ਚਿਰ ਆਪਾਂ ਲੜਦੇ ਰਹਿਣਾ ਜਿੰਨਾ ਚਿਰ ਕਿ ਆਪਾਂ ਆਪਣਾ ਪਵਿੱਤਰ ਤਾਮ ਯਾਦ ਨਾ ਕਰਵਾ ਲਈਏ। ਗੁਰਮੁਖੋ ਆਓ, ਕਹਿੰਦੇ ਬਾਬਾ ਦੀਪ ਸਿੰਘ ਅਤੇ ਸਮੁੱਚੇ ਸਿੰਘਾਂ ਨੇ ਅਰਦਾਸਾ ਸੋਧਿਆ ਇਸ਼ਨਾਨ ਕਰਨ ਤੋਂ ਬਾਅਦ ਅਤੇ ਸਿਰ 'ਤੇ ਖੱਪੜ ਬੰਨ ਕੇ ਜਿਵੇਂ ਤਰਨ ਤਾਰਨ ਤੋਂ ਚਮਕਦੀਆਂ ਅਤੇ ਲਿਸ਼ਕਦੀਆਂ ਹੋਈਆਂ ਤਲਵਾਰਾਂ ਲਹਿਰਾ ਕੇ ਅੱਗੇ ਨੂੰ ਵੱਧਦੀ ਜਾ ਰਹੇ ਹੈ, ਉਹ ਸਾਰਾ ਸੀਨ ਮਹਾਂਕਵੀ ਬਾਬੂ ਰਜਬ ਅਲੀ ਖਾਨ ਸਾਹਿਬ ਦੇ ਕੰਮ ਤੋਂ ਸਾਹੋ ਕਿਆ ਵਾਲੇ ਜੱਥੇ ਵੱਲੋਂ ਇਉਂ ਵਿਅਕਤ ਕੀਤੀਆਂ ਗਈਆਂ।